ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰ ਰਹੇ ਆ ਜੀ ਨਜਲਾ ਜ਼ੁਖਾਮ ਬਾਰੇ ਕਈ ਮੇਰੇ ਵੀਰਾਂ ਦੇ ਕਾਲ ਆਏ ਸੀ ਮੇਰੀਆਂ ਭੈਣਾਂ ਦੇ ਵੀ ਮੈਡਮ ਨਜਲੇ ਬਾਰੇ ਦੱਸੋ ਸਾਨੂੰ ਨਜਲਾ ਬਹੁਤ ਜ਼ਿਆਦਾ ਰਹਿੰਦਾ ਹੈਗਾ ਜ਼ੁਖਾਮ ਜ਼ਿਆਦਾ ਹੋ ਜਾਂਦਾ ਤੇ ਅੱਜ ਮੈਂ ਤੁਹਾਨੂੰ ਕਈ ਘਰੇਲੂ ਨੁਸਖੇ ਦੱਸਣ ਲੱਗੀ ਆ ਜੀ ਤੁਸੀਂ ਨੋਟ ਕਰ ਲਿਓ ਜਿਹੜੇ ਕਿ ਬਹੁਤ ਕਾਰਗਰ ਨੇ ਤੇ ਬਹੁਤ ਹੀ ਫਾਇਦੇਮੰਦ ਨੇ ਆਪਾਂ ਕੀ ਕਰਨਾ ਹੈਗਾ ਅਗਰ ਕਿਸੇ ਮੇਰੇ ਵੀਰ ਨੂੰ ਕਿਸੇ ਭੈਣ ਨੂੰ ਨਜਲਾ ਹੋ ਗਿਆ ਤਾਂ ਤੁਸੀਂ ਪਹਿਲੀ ਗੱਲ ਤਾਂ ਪ੍ਰੇਜ ਦੇਖੋ ਜੀ ਇਹਦੇ ਕੀ ਕੀ ਹੈ ਵੀ ਤੁਸੀਂ ਉਹਨਾਂ ਟਾਈਮਾਂ ਦੇ ਵਿੱਚ ਜ਼ਿਆਦਾ ਠੰਡੀਆਂ ਚੀਜ਼ਾਂ ਖਾਣੋਂ ਹਟ ਜਾਓ ਜੀ ਕੋਈ ਗਰਦੇ ਵਾਲਾ ਕੰਮ ਨਾ ਕਰੋ ਡਸਟ ਵਾਲਾ ਕੋਈ ਇਹੋ ਜਿਹਾ ਕੰਮ ਨਾ ਕਰੋ ਜਿਹੜਾ ਕਿ ਜ਼ਿਆਦਾ ਤੁਹਾਨੂੰ ਉਹ ਹੋਵੇ ਮੰਨ ਲਓ ਅਲਰਜੀ ਕਰੇ ਜ਼ਿਆਦਾ ਇਹੋ ਜਿਹਾ ਕੋਈ ਕੰਮ ਨਾ ਕਰੋ ਥੋੜਾ ਜਿਹਾ ਪ੍ਰੇਜ ਰੱਖੋ ਤੇ ਜਿਹੜਾ ਰਮਾਲ ਰੱਖਣਾ ਤੁਸੀਂ ਉਹ ਵਧੀਆ ਸਾਫ਼ ਸੁਥਰਾ ਰੱਖੋ ਉਹਦੇ ਨਾਲ ਇਹ ਦਾਸਤਾਂ ਜ਼ਿਆਦਾ ਇਨਫੈਕਸ਼ਨ ਫੈਲਦੀ ਹੈ ਦੂਜੀ ਗੱਲ ਇਹ ਹੈ ਵੀ ਤੁਸੀਂ ਨੋਟ ਕਰੋ ਜੀ ਆਪਾਂ ਨੂੰ ਅਗਰ ਨਜ਼ਲਾ ਜ਼ੁਕਾਮ ਜ਼ਿਆਦਾ ਹੋ ਵੀ ਗਿਆ ਤਾਂ ਤੁਸੀਂ ਕੀ ਕਰਨਾ ਹੈ ਵੀ ਘਿਓ ਦੇ ਵਿੱਚ ਥੋੜਾ ਜਿਹਾ ਦੋ ਪੋਥੀਆਂ ਲਸਣ ਦੀਆਂ ਛਿੱਲ ਕੇ ਤੇ ਉਹ ਭੁੰਨ ਲਓ। ਦੇਸੀ ਘਿਓ ਦੇ ਵਿੱਚ ਦੋ ਉਹਨਾਂ ਦੀਆਂ ਕਲੀਆਂ ਜੀਆਂ ਲੈ ਕੇ ਉਹਨਾਂ ਨੂੰ ਦੇਸੀ ਘਿਓ ਦੇ ਵਿੱਚ ਭੁੰਨ ਲਓ ਰਾਤ ਨੂੰ ਸੌਣ ਲੱਗਿਆਂ ਤੁਸੀਂ ਖਾ ਲਓ ਸੋਭਾ ਨੂੰ ਤੁਹਾਡਾ ਜ਼ਖਾਮ ਠੀਕ ਹੋ ਜਾਊਗਾ। ਜੋ ਵੀ ਤੁਹਾਨੂੰ ਨਜਲਾ ਹੁੰਦਾ ਹੈਗਾ ਛਿੱਕਾਂ ਵਗੈਰਾ ਆਉਂਦੀਆਂ ਨੇ ਠੀਕ ਹੋ ਜਾਂਦੀਆਂ। ਪਹਿਲੀ ਚੀਜ਼ ਤਾਂ ਇਹ ਹੈ ਜੀ। ਦੂਜੀ ਚੀਜ਼ ਕੀ ਹੈਗੀ ਹੈ ਵੀ ਤੁਸੀਂ ਮੰਨ ਲਓ ਸੌਫ ਤੇ ਮਲਠੀ ਤੇ ਕਾਲਾ ਨਮਕ ਇਹ ਤੁਸੀਂ ਚਾਹ ਦੇ ਵਿੱਚ ਮਤਲਬ ਉਵਾਲ ਕੇ ਉਹਨੂੰ ਇਹਦੀ ਚਾਹ ਬਣਾ ਕੇ ਪੀ ਸਕਦੇ ਹੋ ਇਹਦੀ ਜਦੋਂ ਤੁਸੀਂ ਚਾਹ ਬਣਾ ਕੇ ਪੀਓਗੇ ਤਾਂ ਇਹ ਰਾਤ ਨੂੰ ਪੀਣੀ ਹੈ ਜੀ ਛਾਉਣ ਲੱਗਿਆ ਇਹਦੇ ਨਾਲ ਫਿਰ ਤੁਹਾਨੂੰ ਅੰਦਰੋਂ ਮੰਨ ਲਓ ਜਿਹੜਾ ਰੇਸ਼ਾ ਜ਼ੁਖਾਮ ਹੈ ਬਲਗਮ ਹੈ ਉਹ ਸਾਫ਼ ਹੋ ਜੂਗੀ ਤੇ ਇਹਦੇ ਨਾਲ ਕਾਫੀ ਹੱਦ ਤੱਕ ਫਰਕ ਪੈ ਜਾਊਗਾ ਤੇ ਤੀਜੀ ਗੱਲ ਇਹ ਹੈ ਜੀ ਵੀ ਅਗਰ ਕਿਸੇ ਨੂੰ ਮਤਲਬ ਰਹਿੰਦਾ ਹੀ ਆ ਰੇਸ਼ਾ ਆਪਾਂ ਕਹਿ ਦਿੰਦੇ ਆ ਵੀ ਕਿਸੇ ਨੂੰ ਰੇਸ਼ਾ ਜਾਂਦਾ ਹੀ ਨਹੀਂ ਹੈਗਾ ਨਜਲਾ ਜਾਂਦਾ ਹੀ ਨਹੀਂ ਹੈਗਾ ਤੇ ਉਹ ਰੇਸ਼ਾ ਰਹਿੰਦਾ ਤਾਂ ਉਹ ਕੀ ਉਹਨਾਂ ਨੇ ਕੀ ਕਰਨਾ ਹੈ ਜੀ ਤੁਸੀਂ ਡੇਲੀ 40 ਦਿਨ ਕੰਮ ਕਰਨਾ ਹੈਗਾ ਇਹ 40 ਦਿਨ ਤੁਸੀਂ ਡੇਲੀ ਇੱਕ ਸੇਵ ਲੈ ਲਓ ਵਧੀਆ ਸੇਵ ਤੋਂ ਉਸ ਮਾਰ ਕੇ ਉਹਨੂੰ ਆਪਾਂ ਕੱਟਣਾ ਨਹੀਂ ਜੀ ਕਰਦ ਦੇ ਨਾਲ ਉਹਨੂੰ ਤੁਸੀਂ ਉਵੇਂ ਹੀ ਖਾ ਕੇ ਤੇ ਉੱਪਰ ਦੀ ਤੁਸੀਂ ਜੇ ਤੁਹਾਨੂੰ ਬੱਕਰੀ ਦਾ ਦੁੱਧ ਮਿਲ ਜਾਏ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਇਹ ਜੜੀਆਂ ਬੂਟੀਆਂ ਬਾਹਰੋਂ ਖਾ ਕੇ ਆਉਂਦੀ ਹੈ ਤੇ ਇਹਦਾ ਦੁੱਧ ਵੀ ਬਹੁਤ ਵਧੀਆ ਹੁੰਦਾ ਹੈਗਾ ਤੇ ਤੁਸੀਂ ਉਸ ਦੁੱਧ ਨਾਲ ਡੇਲੀ 40 ਦਿਨ ਖਾਓ ਜੀ ਇੱਕ ਸੇਵ ਡੇਲੀ ਤੁਸੀਂ ਤੇ 40ਵੇਂ ਦਿਨ ਦੇਖੋ ਤੁਹਾਡਾ ਰੰਗ ਰੂਪ ਵੀ ਬਦਲ ਜਾਣਾ ਹੈ ਤੇ ਤੁਹਾਡਾ ਨਜਲਾ ਵੀ ਨਹੀਂ ਰਹਿਣਾ ਜ਼ੁਖਾਮ ਵੀ ਨਹੀਂ ਰਹਿਣਾ ਹੈਗਾ ਕਿਸੇ ਤਰ੍ਹਾਂ ਦਾ ਵੀ ਕਿਸੇ ਤਰ੍ਹਾਂ ਦੀ ਮਤਲਬ ਕਿ ਦਿਮਾਗ ਦੀ ਖੁਸ਼ਕੀ ਨਾਲ ਵੀ ਜ਼ਿਆਦਾ ਹੋ ਜਾਂਦਾ ਜੀ ਇਹ ਬੱਚੇ ਨੂੰ ਆਪਾਂ ਥੋੜੀ ਜਿਹੀ ਘੱਟ ਡੋਜ਼ ਦੇ ਸਕਦੇ ਆ ਬੱਚਾ ਵੀ ਖਾ ਸਕਦਾ ਜੀ ਤੇ ਬੱਚਾ ਅਗਰ ਕੋਈ ਖਾਣ ਵਾਲਾ ਨਹੀਂ ਜਿਵੇਂ ਬੱਚੇ ਨੂੰ ਥੋੜੇ ਦਿਨਾਂ ਬਾਅਦ ਛੋਟੇ ਬੱਚੇ ਨੂੰ ਹੋ ਜਾਂਦਾ ਬੱਚੇ ਖਾ ਨਹੀਂ ਸਕਦੇ ਜੀ ਤਾਂ ਉਹਨੂੰ ਆਪਾਂ ਸੇਵ ਦਾ ਰਸ ਦੇ ਸਕਦੇ ਹਾਂ ਜੀ ਅੱਧਾ ਚਮਚਾ ਛੋਟੇ ਜਮਾਂ ਛੋਟੇ ਬੱਚੇ ਨੂੰ ਅੱਧਾ ਚਮਚਾ ਥੋੜੇ ਜੇ ਵੱਡੇ ਬੱਚੇ ਨੂੰ ਆਪਾਂ ਇੱਕ ਚਮਚਾ ਸੇਵ ਦਾ ਰਸ ਦੇ ਸਕਦੇ ਆ ਇਹਦੇ ਨਾਲ ਵੀ ਕਾਫੀ ਹੱਦ ਤੱਕ ਫਰਕ ਪੈ ਜਾਂਦਾ ਹੈਗਾ ਜੀ ਬਾਕੀ ਤੁਹਾਨੂੰ ਮੈਂ ਇੱਕ ਛੋਟੀ ਜੀ ਚੀਜ਼ ਹੋਰ ਦੱਸਣ ਲੱਗੀ ਆ ਤੁਸੀਂ ਨੋਟ ਕਰ ਲਓ ਵੀ 13 ਪੀਸ ਦਾ ਤੁਸੀਂ ਲੈਣਾ ਦਾਖ ਮਨੱਕਾ ਠੀਕ ਹੈ ਤੇ 10 ਪੀਸ ਤੁਸੀਂ ਲੈਣੇ ਆ ਜੀ ਕਾਲੀ ਮਿਰਚ ਦੇ ਤੇ 7 ਪੀਸ ਤੁਸੀਂ ਲੈਣੇ ਆ ਜੀ ਬਾਦਾਮ ਗਿਰੀ ਇਹ ਤੁਸੀਂ ਤਿੰਨੇ ਚੀਜ਼ਾਂ ਨੂੰ ਰਾਤ ਨੂੰ ਪਾਣੀ ਦੇ ਵਿੱਚ ਭੇਕੇ ਰੱਖ ਦਿਓ ਰਾਤ ਨੂੰ ساری ਰਾਤ ਪਾਣੀ ਦੇ ਵਿੱਚ ਭਿੰਤੀਆਂ ਹੋਣਗੀਆਂ ਸਵੇਰ ਤੁਸੀਂ ਇਹਨਾਂ ਨੂੰ ਕੀ ਕਰਨਾ ਹੈ ਜੀ ਛੋਟੀਆਂ ਛੋਟੀਆਂ ਅੱਜ ਕੱਲ ਆਪਣੇ ਉਹ ਖਰਲਾਂ ਨਹੀਂ ਆਉਂਦੀਆਂ ਨੇ ਜਿਹੜੀਆਂ ਪੁੰਡੀਆਂ ਜੀਆਂ ਮਤਲਬ ਆਉਂਦੀਆਂ ਨੇ ਚਿੱਟੀਆਂ ਜੀਆਂ ਆਪਾਂ ਲੈ ਚੀਆਂ ਵਗੈਰਾ ਵੀ ਰਗੜ ਲੈਨੇ ਉਹਨਾਂ ਨਾਲ ਉਹ ਲਿਆਓ ਤੁਸੀਂ ਤੇ ਸੋਭਾ ਇਹਨੂੰ ਉੱਠ ਕੇ ਤੇ ਰਗੜ ਲੈਣਾ ਚੰਗੀ ਤਰ੍ਹਾਂ ਵਧੀਆ ਮਹੀਨ ਕਰ ਲੈਣਾ ਇਹਨੂੰ ਰਗੜ ਕੇ ਫਿਰ ਤੁਸੀਂ ਕੀ ਕਰਨਾ ਜੇ ਬੱਕਰੀ ਦਾ ਦੁੱਧ ਤੁਹਾਨੂੰ ਮਿਲ ਜੇ ਤਾਂ ਬਾੜੀ ਚੰਗੀ ਗੱਲ ਆਗਰ ਮਿਲ ਜੇ ਤਾਂ ਨਹੀਂ ਤਾਂ ਫਿਰ ਗਾਂ ਜਾਂ ਮੱਝ ਦਾ ਦੁੱਧ ਕੋਈ ਵੀ ਤੁਸੀਂ ਲੈ ਸਕਦੇ ਹੋ ਜੀ ਉਹਦੇ ਵਿੱਚ ਤੁਸੀਂ ਇਹਨੂੰ ਰਿੰਨ ਲੋ ਅੱਧਾ ਕਿਲੋ ਦੁੱਧ ਲੈ ਲਓ ਤੁਸੀਂ ਉਹ ਅੱਧਾ ਕਿਲੋ ਦੁੱਧ ਦੇ ਵਿੱਚ ਤੁਸੀਂ ਇਹਨੂੰ ਚੰਗੀ ਤਰ੍ਹਾਂ ਰਹਿਣ ਲਓ ਜਦੋਂ ਅੱਧਾ ਕਿਲੋ ਤੋਂ ਇਹ ਪਾਈਆਕ ਰਹਿ ਜੇ ਰਿਜਦਾ ਰਿਜਦਾ ਤਾਂ ਤੁਸੀਂ ਇਹਦੇ ਵਿੱਚ ਇੱਕ ਚਮਚਾ ਮਿਸ਼ਰੀ ਦਾ ਪਾ ਕੇ ਇਹਨੂੰ ਪੀ ਸਕਦੇ ਹੋ ਇਹਦੇ ਨਾਲ ਵੀ ਤੁਸੀਂ ਅਗਰ ਤੁਸੀਂ 10-15 ਦਿਨ ਲਗਾਤਾਰ ਪੀਓਗੇ ਤਾਂ ਜਿਹੜਾ ਤੁਹਾਡੇ ਕਦੇ ਮੁੱਦਤਾਂ ਤੋਂ ਰੇਸ਼ਾ ਹੋਇਆ ਹੋਇਆ ਹੈ ਜਿਹੜਾ ਤੁਹਾਨੂੰ ਪਹਿਲਾਂ ਤੋਂ ਜਾਂਦਾ ਨਹੀਂ ਤੁਸੀਂ ਕਹਿੰਦੇ ਹੋ ਵੀ ਸਾਨੂੰ ਰੇਸ਼ਾ ਠੀਕ ਨਹੀਂ ਹੁੰਦਾ 10-15 ਦਿਨਾਂ ਚ ਤੁਹਾਨੂੰ ਕੰਟਰੋਲ ਹੋ ਜਾਊਗਾ ਬਹੁਤ ਛੇਤੀ ਕੰਟਰੋਲ ਕਰਦਾ ਜੀ ਇਹ ਜੇ ਬੱਚੇ ਨੂੰ ਆ ਤਾਂ ਛੋਟੇ ਬੱਚੇ ਨੂੰ ਵੀ ਆਪਾਂ 2-4 ਚਮਚੇ ਦੇ ਪਿਆ ਸਕਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਬਾਲਾ ਨਹੀਂ ਪਿਉਣਾ ਬੱਚੇ ਨੂੰ ਤਾਂ ਬਸ 1-2 ਚਮਚੇ ਪਿਉਣੇ ਹੁੰਦੇ ਆ ਜਿਆਦਾ ਨਹੀਂ ਤੇ ਇਹ ਤੁਸੀਂ ਮੰਨ ਲਓ ਇਹ ਘਰੇਲੂ ਨੁਸਖਾ ਇਹ ਵੀ ਤੁਸੀਂ ਲਿਖ ਕੇ ਰੱਖ ਲਓ ਵੀਡੀਓ ਸੁਣ ਲਿਆ ਕਰੋ ਜੀ ਵੀਡੀਓ ਦੇ ਵਿੱਚ ਆਪਾਂ ਸਾਰਾ ਕੁਝ ਦੱਸਦੇ ਹੈਗੇ ਆ ਤੁਹਾਨੂੰ ਪਤਾ ਲੱਗਦਾ ਰਹਿੰਦਾ ਹੈਗਾ ਬਾਕੀ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਲਿਖ ਕੇ ਵੀ ਪਾ ਦਾਂਗੇ ਇਹਦੇ ਵਿੱਚ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਸੀਂ ਨੋਟ ਕਰਿਆ ਕਰੋ ਜੀ ਪਲੀਜ਼ ਮੈਂ ਵਾਰ-ਵਾਰ ਇਹੀ ਕਹਿਨੀ ਆ ਵੀ ਤੁਸੀਂ ਇਹਨਾਂ ਨੂੰ ਨੋਟ ਕਰ ਲਿਆ ਕਰੋ ਜਿਵੇਂ ਵੀਡੀਓ ਸੁਣੀ ਜਾਂਦੇ ਆ ਨਾ ਤੁਸੀਂ ਤਾਂ ਤੁਸੀਂ ਲਿਖ ਕੇ ਰੱਖ ਲਿਆ ਕਰੋ ਬਹੁਤ ਕੰਮ ਦੀਆਂ ਚੀਜ਼ਾਂ ਨੇ ਅਗਰ ਕਿਸੇ ਤੋਂ ਇਹ ਵੀ ਮੰਨ ਲਓ ਕਈਆਂ ਤੋਂ ਨਹੀਂ ਵੀ ਲਿਆ ਕੇ ਪੀਤਾ ਜਾਂਦਾ ਕੋਈ ਹੋਰ ਆ ਜਾਂ ਕਿਸੇ ਨੂੰ ਥੋੜੇ ਚਿਰਦਾ ਹੋਇਆ ਨਜਲਾ ਤਾਂ ਇੱਕ ਆਪਣੇ ਕੋਲੇ ਛੋਟਾ ਜਿਹਾ ਮਤਲਬ ਨਾਰਮਲ ਜਾਂ ਨੁਸਖਾ ਹੈਗਾ ਜੀ ਉਹ ਕੀ ਕਰਨਾ ਵੀ ਦੁੱਧ ਗਰਮ ਕਰਕੇ ਰਾਤ ਨੂੰ ਸੌਣ ਲੱਗਾ ਇੱਕ ਚੁਟਕੀ ਹਲਦੀ ਦੀ ਤੇ ਇੱਕ ਚੁਟਕੀ ਤੁਸੀਂ ਪਾਉਣੀ ਆ ਕਾਲੀਆਂ ਮਿਰਚਾਂ ਦੀ ਪਾਊਡਰ ਦੀ ਤੇ ਵਿੱਚ ਪਾ ਲੋ ਜੀ ਤੁਸੀਂ ਮਿਸ਼ਰੀ ਇਹਨੂੰ ਘੋਲ ਕੇ ਤੁਸੀਂ ਪੀ ਸਕਦੇ ਹੋ ਹਲਦੀ ਆਪਾਂ ਕਿਵੇਂ ਤਿਆਰ ਕਰਨੀ ਆ ਉਹ ਮੈਂ ਤੁਹਾਨੂੰ ਦੱਸ ਦੰਨੀ ਆ ਵੀ ਤੁਸੀਂ ਅੰਬ ਹਲਦੀ ਲਿਓ ਰਾਤ ਨੂੰ ਉਹਨੂੰ ਲਿਆ ਕੇ ਧੋ ਕੇ ਚੰਗੀ ਤਰ੍ਹਾਂ ਤੇ ਉਹਨੂੰ ਹਲਦੀ ਨੂੰ ਤੁਸੀਂ ਲੱਸੀ ਦੇ ਵਿੱਚ ਪਿਉਂਦਿਓ ਲੱਸੀ ਦੇ ਵਿੱਚ ਸਾਰੀ ਰਾਤ ਉਹ ਲੱਸੀ ਦੇ ਵਿੱਚ ਭਿੱਜੀ ਰਹੂਗੀ ਸੋਭਾ ਤੁਸੀਂ ਉਹਨੂੰ ਪਾਣੀ ਨਾਲ ਧੋਣਾ ਨਹੀਂ ਹੈਗਾ ਜਿ ਉਹਨੂੰ ਉਵੇਂ ਕੱਢ ਕੇ ਤੇ ਉਹਨੂੰ ਬਾਹਰ ਸੁੱਕਣੀ ਪਾ ਦੇਣਾ ਧੁੱਪ ਦੇ ਵਿੱਚ ਸਾਰੀ ਰਾਤ ਉਹ ਧੁੱਪ ਦੇ ਵਿੱਚ ਸਾਰਾ ਦਿਨ ਉਹ ਧੁੱਪ ਦੇ ਵਿੱਚ ਪਈ ਰਹੂਗੀ 2-4 ਦਿਨ ਉਹਨੂੰ ਧੁੱਪ ਲਵਾਓ ਜਦੋਂ ਵਧੀਆ ਸੁੱਕ ਗਈ ਉਹ ਚੰਗੀ ਤਰ੍ਹਾਂ ਵਧੀਆ ਸੁੱਕ ਗਈ ਉਦੋਂ ਤੁਸੀਂ ਉਹਨੂੰ ਪੀਸ ਲਓਵੇਂ ਉਹਨੂੰ ਪੀ ਕੇ ਚੰਗੀ ਤਰ੍ਹਾਂ ਵਧੀਆ ਤਿਆਰ ਕਰਕੇ ਰੱਖ ਲਓ ਜੀ ਉਹਦੀ ਰਲਗਤੀ ਹੋਰ ਹੋਊਗੀ ਜਿਹੜੀ ਆਪਾਂ ਐਸ ਲੋਟ ਹਲਦੀ ਤਿਆਰ ਕਰਦੇ ਹੈਗੇ ਆ ਤੇ ਜਦੋਂ ਤੁਸੀਂ ਇਹਨੂੰ ਸਬਜ਼ੀ 'ਚ ਵੀ ਇੱਕ ਅੱਧੀ ਵਾਰ ਤੁਸੀਂ ਪਾ ਕੇ ਦੇਖੋ ਚਮਚਾ ਤਾਂ ਤੁਹਾਨੂੰ ਸਬਜ਼ੀ ਦਾ ਟੇਸ ਹੀ ਚੇਂਜ ਲੱਗੂਗਾ ਤੇ ਬੜੀ ਸਵਾਦ ਲੱਗੂਗੀ ਸਬਜ਼ੀ ਤੇ ਤੁਸੀਂ ਇਸ ਤਰ੍ਹਾਂ ਇਹਨੂੰ ਹਲਦੀ ਨੂੰ ਤਿਆਰ ਕਰਕੇ ਰੱਖ ਲਓ ਇਹ ਹਲਦੀ ਕਈ ਬਿਮਾਰੀਆਂ ਤੋਂ ਕੰਮ ਕਰਦੀ ਹੈ ਜੀ ਆਪਣੇ ਪੇਟ ਦੇ ਵਿੱਚ ਕੋਈ ਆਪਣੀਆਂ ਅੰਤਾਂ ਕਮਜ਼ੋਰ ਨੇ ਉਹਨਾਂ ਨੂੰ ਵੀ ਠੀਕ ਕਰਦੀ ਹੈ ਜੋੜਾਂ 'ਚ ਦਰਦ ਹੁੰਦਾ ਉਹਨੂੰ ਵੀ ਠੀਕ ਕਰਦੀ ਹੈ ਜੀ ਇਹ ਅਗਰ ਆਪਣੇ ਕੋਈ ਜ਼ਖਮ ਵਗੈਰਾ ਹੋਏ ਨੇ ਉਹਨੂੰ ਠੀਕ ਕਰਦੀ ਹੈ ਸਕਿਨ ਦੀ ਕੋਈ ਮਤਲਬ ਅਲਰਜੀ ਆਪਾਂ ਨੂੰ ਖੁਰਕ ਵਗੈਰਾ ਜ਼ਿਆਦਾ ਹੁੰਦੀ ਰਹਿੰਦੀ ਹੈ ਉਹਨੂੰ ਠੀਕ ਕਰਦੀ ਹੈ ਕੋਈ ਜ਼ਖਮ ਵਗੈਰਾ ਹੋ ਗਿਆ ਉਹਨੂੰ ਠੀਕ ਕਰਦੀ ਹੈ ਹਲਦੀ ਇੱਕ ਤਰ੍ਹਾਂ ਦਾ ਬਾਡੀ ਦਾ ਇਨਫੈਕਸ਼ਨ ਹੈ ਹਾਰਟ ਨੂੰ ਠੀਕ ਕਰਦੀ ਹੈ ਜੇ ਇਹਦੀ ਕੋਈ ਦਿੱਕਤ ਨਹੀਂ ਤੁਸੀਂ ਹਲਦੀ ਖਾ ਸਕਦੇ ਹੋ ਰਾਤ ਨੂੰ ਦੁੱਧ ਚ ਪਾ ਕੇ ਤੁਸੀਂ ਪੀ ਸਕਦੇ ਹੋ ਕਈ ਲੋਕ ਕਹਿੰਦੇ ਮੈਡਮ ਜੀ ਹੁਣ ਗਰਮ ਹੋਊਗੀ ਜਾਂ ਹੋਊਗੀ ਕੁਝ ਨਹੀਂ ਹੁੰਦਾ ਹੈਗਾ ਦੁੱਧ ਦੇ ਵਿੱਚ ਨਾ ਇਹ ਕੋਈ ਗਰਮੀ ਕਰੇ ਹਲਦੀ ਆਪਾਂ ਸਬਜ਼ੀ ਦੇ ਵਿੱਚ ਵੀ ਖਾਣੇ ਆ ਉਹ ਚੁਟਕੀ ਨਾਲ ਕੁਛ ਨਹੀਂ ਹੁੰਦਾ ਉਹਦੇ ਨਾਲ ਸਗੋਂ ਅੰਦਰੋਂ ਆਪਣਾ ਬੋਡੀ ਸਹੀ ਹੋ ਜਾਂਦੀ ਹੈਗੀ ਆ ਤੁਸੀਂ ਜਦੋਂ ਲਗਾਤਾਰ ਇਹ ਪੀਓਗੇ ਇਹ ਚੀਜ਼ਾਂ ਬਣਾ ਕੇ ਤੁਸੀਂ ਖਾਓਗੇ ਤੁਹਾਨੂੰ ਆਪਣੇ ਆਪ ਹੀ ਤੁਹਾਨੂੰ ਬਿਮਾਰੀਆਂ ਤੋਂ ਛੁਟਕਾਰਾ ਮਿਲਣ ਲੱਗ ਜੂਗਾ ਤੁਹਾਨੂੰ ਰਾਹਤ ਮਿਲਣ ਲੱਗ ਜੂਗੀ ਬਿਮਾਰੀਆਂ ਤੋਂ ਮੈਂ ਹਰੇਕ ਨੂੰ ਅੱਗੇ ਪਹਿਲਾਂ ਇਹ ਕਹਿਣੀ ਆ ਵੀ ਜਿਹੜੇ ਮੈਂ ਘਰੇਲੂ ਨੁਸਖੇ ਦੱਸਦੀ ਆ ਤੁਸੀਂ ਪਲੀਜ਼ ਪਹਿਲਾਂ ਇਹ ਅਪਣਾਇਆ ਕਰੋ ਦਵਾਈਆਂ ਨੂੰ ਜ਼ਿਆਦਾ ਨਾ ਭਜਿਆ ਕਰੋ ਦਵਾਈਆਂ ਤਾਂ ਫਿਰ ਆਪਾਂ ਅਨਸਰ ਦੇ ਨੂੰ ਲੈਣੀਆਂ ਨੇ ਉਹ ਅਲ ਸਰਦੇ ਨੂੰ ਅਸੀਂ ਤਾਂ ਜੀ ਹੁਣ ਹਲਦੀ ਦੀ ਟੈਬਲਟ ਆਉਂਦੀ ਹੈਗੀ ਆ ਸਾਡੇ ਕੋਲੇ ਵੀ ਹੁੰਦੀ ਹੈ ਜਿਹੜਾ ਕੋਈ ਨਹੀਂ ਹਲਦੀ ਪੀ ਸਕਦਾ ਸਾਡੇ ਕੋਲੋਂ ਟੈਬਲਟ ਲੈ ਲੈਂਦਾ ਜੀ ਉਹ ਹਲਦੀ ਵਾਲੀ ਅਸੀਂ ਉਹਨੂੰ ਕਹਿੰਨੇ ਆ ਵੀ ਭਾਈ ਤੂੰ ਇਹ ਅੱਧੀ ਸੋਹਾਂ ਲੈ ਲਿਆ ਕਰ ਅੱਧੀ ਸ਼ਾਮ ਨੂੰ ਲੈ ਲਿਆ ਕਰ ਅਗਰ ਤੂੰ ਇੱਕ ਲੈਣਾ ਤਾਂ ਤੂੰ ਇੱਕ ਦਿਨ ਦੇ ਵਿੱਚ ਲੈ ਲਿਆ ਕਰ ਨਹੀਂ ਤਾਂ ਅੱਧੀ ਸੋਹਾਂ ਤੇ ਅੱਧੀ ਸ਼ਾਮ ਨੂੰ ਇੰਨਾ ਵੈਸਟਰ ਰਿਜ਼ਲਟ ਹੈ ਜੀ ਉਹਦਾ ਬਹੁਤ ਜ਼ਿਆਦਾ ਵੈਸਟਰ ਰਿਜ਼ਲਟ ਆ ਉਹਦਾ ਹਲਦੀ ਦੀ ਟੈਬਲਟ ਦਾ ਤੇ ਅਸੀਂ ਟੈਬਲਟ ਵੀ ਦਿੰਨੇ ਆ ਜਿਹੜਾ ਕੋਈ ਹਲਦੀ ਵੈਸੇ ਪੀ ਨਹੀਂ ਸਕਦਾ ਦੁੱਧ ਨਾਲ ਤੇ ਅਗਰ ਤੁਸੀਂ ਘਰੇ ਇਸ ਤਰ੍ਹਾਂ ਤਿਆਰ ਕਰਕੇ ਪੀਓ ਤਾਂ ਤੁਹਾਡਾ ਖਰਚਾ ਘੱਟ ਹੋਊਗਾ ਤੇ ਤੁਹਾਨੂੰ ਫਾਇਦਾ ਕਰੂਗੀ ਜੀ ਨਾਲੇ ਆਪਾਂ ਨੂੰ ਪਤਾ ਹੁੰਦਾ ਵੀ ਮੈਂ ਇਹ ਘਰੇ ਤਿਆਰ ਕੀਤੀ ਹੈ ਚੀਜ਼ ਤੇ ਵਧੀਆ ਬਣਦੀ ਹੈਗੀ ਹੈ ਤੇ ਤੁਸੀਂ ਧਿਆਨ ਰੱਖਿਆ ਕਰੋ ਜੀ ਹੁਣ ਮੌਸਮ ਚੇਂਜ ਹੁੰਦਾ ਹੈ ਹੁਣ ਸਰਦੀ ਦੇ ਸਰਦੀ ਮਤਲਬ ਹੋਰ ਮਹੀਨੇ ਨੂੰ ਸਟਾਰਟ ਹੋ ਜੂਗੀ ਮੌਸਮ ਚੇਂਜ ਹੋਊਗਾ ਤਾਂ ਉਦੋਂ ਫਿਰ ਇਹ ਨਜਲਾ ਜ਼ੁਖਾਮ ਦਾ ਬਹੁਤ ਜ਼ਿਆਦਾ ਪ੍ਰਕੋਪ ਹੋ ਜਾਂਦਾ ਹੈਗਾ ਬਹੁਤ ਹੀ ਜ਼ਿਆਦਾ ਹੋ ਜਾਂਦਾ ਉਦੋਂ ਇਹ ਤੇ ਫਿਰ ਆਪਾਂ ਨੂੰ ਮੌਕੇ ਤੇ ਸੰਭਾਲਣਾ ਔਖਾ ਹੋ ਜਾਂਦਾ ਹੈਗਾ ਤੇ ਜੇ ਅਗਰ ਬੱਚੇ ਨੂੰ ਕਿਸਾਨੂ ਹੋ ਜੇ ਤੇ ਉਹਦੇ ਪੈਰਾਂ ਦੇ ਥੱਲੇ ਤੁਸੀਂ ਵਿਕਸ ਲਾਉਣੀ ਸ਼ੁਰੂ ਕਰਦੇ ਹੋ ਜੀ ਪੈਰਾਂ ਤੇ ਉਹਦੀ ਵਿਕਸ ਦੀ ਮਾਲਸ਼ ਕਰਨੀ ਸ਼ੁਰੂ ਕਰਦੇ ਹੋ ਤੁਸੀਂ ਬੱਚੇ ਦੇ ਉਹਦੇ ਨਾਲ ਵੀ ਕਾਫੀ ਬੱਚੇ ਨੂੰ ਸਾਹ ਸੌਖਾ ਆ ਜਾਂਦਾ ਤੇ ਨਜ਼ਰਾ ਠੀਕ ਹੋ ਜਾਂਦਾ ਬੱਚੇ ਦਾ ਜ਼ੁਖਾਮ ਠੀਕ ਹੋ ਜਾਂਦਾ ਕਿਉਂ ਆਪਾਂ ਛਾਤੀ ਤੇ ਲਾਉਣਾ ਤਾਂ ਬੱਚੇ ਤੋਂ ਸਹਿਨ ਨਹੀਂ ਹੁੰਦਾ ਉਹਦੀ ਗਰਮੈਸ਼ ਜ਼ਿਆਦਾ ਹੁੰਦੀ ਹੈ ਤੁਸੀਂ ਪੈਰਾਂ ਤੇ ਲਾਉਣਾ ਸ਼ੁਰੂ ਕਰਦੇ ਹੋ ਬਿਲਕੁਲ ਠੀਕ ਹੋ ਜਾਂਦਾ ਜੀ ਬੱਚਾ ਥੋੜੇ ਜਿਹੇ ਦਿਨਾਂ ਦੇ ਵਿੱਚ ਤੇ ਮੈਨੂੰ ਲੱਗਦਾ ਵੀ ਤੁਹਾਨੂੰ ਮੇਰੀ ਵੀਡੀਓ ਇਹ ਵਧੀਆ ਲੱਗੀ ਹੋਊਗੀ ਅਗਰ ਤੁਹਾਨੂੰ ਮੇਰੀ ਵੀਡੀਓ ਇਹ ਚੰਗੀ ਲੱਗੀ ਤੁਸੀਂ ਲਾਇਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਮੈਂ ਮੰਨ ਲਓ ਵੀ 8 ਤੋਂ 10 ਵਜੇ ਤੱਕ ਸਵੇਰ ਆਪਾਂ ਗੱਲ ਕਰਦੇ ਆ ਜੀ ਪੇਸ਼ੈਂਟ ਨਾਲ ਤੇ ਜੇ ਕਿਸੇ ਨੇ ਮੈਨੂੰ ਫੋਨ ਕਰਕੇ ਕੁਝ ਪੁੱਛਣਾ ਕੋਈ ਗੱਲ ਕਰਨੀ ਆ ਤਾਂ ਤੁਸੀਂ ਸਵੇਰ 8 ਤੋਂ 10 ਦੇ ਦਰਮਿਆਨ ਫੋਨ ਲਾ ਲਿਆ ਕਰੋ ਜੀ ਕਾਲ ਕਰ ਲਿਆ ਕਰੋ ਉਦੋਂ ਆਪਣੀ ਗੱਲ ਹੋ ਜਾਂਦੀ ਆ ਉਸ ਤੋਂ ਬਾਅਦ ਗੱਲ ਨਹੀਂ ਫਿਰ ਹੁੰਦੀ ਸੌਰੀ ਫਿਰ ਮੇਰਾ ਟਾਈਮ ਨਹੀਂ ਲੱਗਦਾ ਹੈਗਾ ਤਾਂ ਕਰਕੇ 2 ਘੰਟੇ ਰੱਖੇ ਹੋਏ ਨੇ ਆਪਾਂ ਜੇ ਕਿਸੇ ਨੇ ਵੀ ਮੇਰੀ ਭੈਣ ਨੇ ਕਿਸੇ ਨੇ ਵੀਰ ਨੇ ਕਿਸੇ ਬੱਚੇ ਨੇ ਗੱਲ ਕਰਨੀ ਹੈ ਤਾਂ 8 ਤੋਂ 10 ਦੇ ਵਿੱਚ ਮੇਰੇ ਨਾਲ ਕਾਲ ਤੇ ਗੱਲ ਕਰ ਸਕਦਾ ਨੰਬਰ ਮੇਰਾ ਸਕਰੀਨ ਤੇ ਚੱਲੀ ਜਾਂਦਾ ਹੁੰਦਾ ਜੀ ਤੇ ਤੁਸੀਂ ਗੱਲ ਕਰ ਸਕਦੇ ਹੋ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ